ਸੜਕ ਤੇ PRTC ਦੀ ਬੱਸ ਪਲਟੀ ਹੈ, ਕੈਂਟਰ ਨੂੰ ਓਵਰਟੇਕ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ। ਮੌਕੇ ਤੇ ਹੀ ਭਾਜੜਾਂ ਮੱਚ ਗਈਆਂ। ਜਿਵੇਂ ਹੀ ਬੱਸ ਕੈਂਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਸੀ ਇਹ ਬੱਸ, ਅਤੇ ਨਾਲ ਹੀ ਇਹ ਸੜਕ ਤੇ ਰੋਂਗ ਸਾਈਡ ਤੇ ਜਾ ਪੈਂਦੀ ਹੈ, ਜਿੱਥੇ ਬੱਸ ਪਲਟਦੀ ਹੈ ਅਤੇ ਬੱਸ 'ਚ ਸਵਾਰੀਆਂ ਜੋ ਨੇ ਗੰਭੀਰ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਕਿ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਇਹ ਬੱਸ ਚੰਡੀਗੜ੍ਹ ਤੋਂ ਬਠਿੰਡਾ ਨੂੰ ਜਾ ਰਹੀ ਸੀ, ਜੋ ਕਿ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ 'ਤੇ ਪਲਟੀ ਹੈ। ਜਿਵੇਂ ਹੀ ਬੱਸ ਪਲਟਦੀ ਹੈ ਤਾਂ ਮੌਕੇ 'ਤੇ ਹੀ ਚੀਕ ਚਿਹਾੜਾ ਮੱਚ ਜਾਂਦਾ, ਆਸੇ ਪਾਸੇ ਦੇ ਜੋ ਲੋਕ ਨੇ ਉਹ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੇ ਨੇ, ਔਰ ਜੋ ਹੋਰ ਵਾਹਨ ਹਾਈਵੇ ਤੋਂ ਨਿਕਲ ਰਹੇ ਹੁੰਦੇ ਨੇ ਉਹ ਵੀ ਰੁਕ ਜਾਂਦੇ ਨੇ। ਹਾਲਾਂਕਿ ਬੱਸ ਸਵਾਰੀਆਂ ਨਾਲ ਲੱਦੀ ਹੋਈ ਸੀ, ਅਤੇ ਦੱਸਿਆ ਜਾ ਰਿਹਾ ਕਿ ਕੈਂਟਰ ਨੂੰ ਓਵਰਟੇਕ ਕਰਦੇ ਸਮੇਂ ਇਹ ਵੱਡਾ ਹਾਦਸਾ ਵਾਪਰਿਆ, ਅਤੇ ਜੋ ਬੱਸ 'ਚ ਸਵਾਰੀਆਂ ਸਵਾਰ ਸੀਗੀਆਂ ਉਹ ਗੰਭੀਰ ਜ਼ਖਮੀ ਵੀ ਹੋਈਆਂ ਨੇ। ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸੜਕ ਦੇ ਕਿਨਾਰੇ ਪਲਟੀ ਪਈ ਹੈ, ਅੰਦਰ ਦੀ ਜੋ ਸੀਟਾਂ ਨੇ ਉਹ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਨੇ, ਔਰ ਜੋ ਸਵਾਰੀਆਂ ਸੀਗੀਆਂ ਉਹਨਾਂ ਦੇ ਸੱਟਾਂ ਲੱਗੀਆਂ ਨੇ। ਮੌਕੇ 'ਤੇ ਹੀ ਭਾਜੜਾਂ ਪੈ ਗਈਆਂ। ਜਿਵੇਂ ਹੀ ਬੱਸ ਪਲਟੀ ਤਾਂ ਬੱਸ ਪਿੱਛੋਂ ਹੀ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ, ਅਤੇ ਇੱਕ ਢਾਬੇ ਦੇ ਨੇੜੇ ਇੱਕ ਕੈਂਟਰ ਰੁਕਦਾ ਹੈ, ਜਿਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੇ ਵਿਚਾਲੇ ਜੋ ਬੱਸ ਹੈ PRTC ਦੀ ਉਹ ਪਲਟ ਜਾਂਦੀ ਹੈ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰਿਆ ਅਤੇ ਸਵਾਰੀਆਂ ਜੋ ਨੇ ਉਹ ਜ਼ਖਮੀ ਹੋਈਆਂ ਨੇ, ਜਿਨ੍ਹਾਂ ਦਾ ਕਿ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ, ਔਰ ਸਥਾਨਕ ਲੋਕਾਂ ਦੇ ਵੱਲੋਂ ਹੀ ਸੜਕ ਸੁਰੱਖਿਆ ਫੋਰਸ ਨੂੰ ਸੂਚਿਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਟੀਮ ਪਹੁੰਚਦੀ ਹੈ ਅਤੇ ਜਦੋਂ ਮੌਕੇ 'ਤੇ ਪਹੁੰਚਦੇ ਨੇ ਤਾਂ ਉੱਥੇ ਚੀਕ ਚਿਹਾੜਾ ਮੱਚਿਆ ਹੁੰਦਾ, ਸਵਾਰੀਆਂ ਨੂੰ ਜੋ ਬੱਸ ਦੀ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਜਾਂਦਾ ਅਤੇ ਫਿਰ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਂਦਾ, ਜਿੱਥੇ ਫਿਲਹਾਲ ਸਵਾਰੀਆਂ ਜਿਹੜੇ ਇਲਾਜ ਨੇ। ਅਤੇ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ ਵਾਪਰਿਆ, ਜਿੱਥੇ ਕਿ PRTC ਬੱਸ ਜੋ ਕਿ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਸੀ ਉਹ ਰਾਹ ਦੇ ਵਿਚਾਲੇ ਹੀ ਕੈਂਟਰ ਨੂੰ ਓਵਰਟੇਕ ਕਰਦੇ ਹੋਏ ਪਲਟ ਗਈ। ਮੈਂ SI ਹਰਵਿੰਦਰਪਾਲ ਸਿੰਘ, ਇੰਚਾਰਜ ਸੁਰੱਖਿਆ ਫੋਰਸ ਭਵਾਨੀਗੜ੍ਹ। ਸਾਡਾ ਅੱਜ ਰੂਟ ਚੰਨੋ ਤੋਂ ਕੈਰੋਂ ਫੈਕਟਰੀ ਸੰਗਰੂਰ ਤੱਕ ਲੱਗਾ ਸੀ, ਤਾਂ ਰੂਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ, ਤਾਂ ਵਕਤ ਕਰੀਬ 8:15 ਦਾ ਹੋਊਗਾ, ਤਾਂ ਸਾਨੂੰ ਆਮ ਰਾਹਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ PRTC ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਭਵਾਨੀਗੜ੍ਹ ਮੇਨ ਰੋਡ ਪਰ ਹੈ, ਉੱਥੇ ਬੱਸ ਪਲਟ ਗਈ ਹੈ। ਤਾਂ ਅਸੀਂ ਤੁਰੰਤ ਮੌਕਾ 'ਤੇ ਪੁੱਜੇ, ਤਾਂ ਆ ਕੇ ਦੇਖਿਆ ਤਾਂ ਇੱਥੇ ਚਿੰਗ ਝਗਿਆੜਾ ਪੈ ਰਿਹਾ ਸੀ। ਅਸੀਂ ਆਮ ਰਾਹਗੀਰਾਂ ਦੀ ਮਦਦ ਨਾਲ ਕੰਟਰੋਲ ਰੂਮ 'ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ। ਕਰੀਬ 4-5 ਗੇੜੇ ਮੈਂ ਖੁਦ ਲਾਏ ਸੀਗੇ, ਅਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹੋਸਪਿਟਲ ਸੰਗਰੂਰ ਦਿਖਾਏ। ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ, ਮੈਂ ਪਬਲਿਕ ਦਾ ਧੰਨਵਾਦ ਕਰਦਾ। ਕਰੀਬ ਜਦੋਂ ਅਸੀਂ ਇੱਥੇ ਆਏ ਹਾਂ ਤਾਂ ਇੱਥੇ ਚੀਂਗ ਝੰਗਿਆੜਾ ਪੈ ਰਿਹਾ ਸੀ, ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ, ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ। ਪਬਲਿਕ ਨੇ ਇੱਟਾਂ ਵੱਟਿਆਂ ਦਾ ਹੀ ਸਹਾਰਾ ਲੈ ਕੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ 'ਤੇ ਲੈ ਕੇ ਗਿਆ। ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ, ਹੋਸਪਿਟਲ 'ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਊ। ਜਿਵੇਂ ਤੁਸੀਂ ਪਹੁੰਚੇ ਹੋ ਮੌਕੇ 'ਤੇ, ਬੱਸ ਪਲਟੀ ਹੋਈ ਸੀ, ਤੁਸੀਂ ਦੱਸ ਰਹੇ ਸਾਰੀਆਂ ਸਵਾਰੀਆਂ ਅੰਦਰ ਸੀ, ਉਦੋਂ ਅੰਦਰ ਦਾ ਮਾਹੌਲ ਕਿਵੇਂ ਸੀ? ਅੰਦਰ ਲਹੂ ਲੁਹਾਣ ਕੁਰਬਲ ਹੋ ਰਹੀ ਸੀ ਜੀ, ਕੋਈ ਸੋਝ ਨਹੀਂ ਰਿਹਾ ਸੀਗਾ, ਸਵਾਰੀਆਂ ਜਿਹੜੀਆਂ ਸੀ ਜਾਨ ਬਚਾ ਲਓ ਦਾ ਰੌਲਾ ਪਾ ਰਹੀਆਂ ਸੀ।
ਬਾਈ ਜੀ ਕੀ ਨਾਮ ਆਪਣਾ ਜੀ? ਜਸਬੀਰ ਸਿੰਘ ਸਬ ਇੰਸਪੈਕਟਰ। ਜੀ ਕਿੱਥੇ ਖੜੇ ਹੋ, ਕੀ ਹਾਦਸਾ ਹੋਇਆ, ਕੀ ਘਟਨਾ ਹੋਈ? ਇਹ ਭਵਾਨੀਗੜ੍ਹ ਦੇ ਨੇੜੇ ਆ ਹਨੀ ਢਾਬਾ ਜੀ। ਹਾਂਜੀ। ਇੱਕ ਬੱਸ ਆ ਰਹੀ ਸੀ PRTC ਦੀ, ਆ ਪਿੱਛੇ ਖੜੀ ਹੈ, ਸਵਾ ਚੰਡੀਗੜ੍ਹ ਤੋਂ ਬਠਿੰਡੇ। ਇਹਦੇ ਮੂਹਰੇ ਦੱਸ ਰਹੇ ਨੇ ਵੈਸੇ ਅਸੀਂ ਆਏ ਹਾਂ ਮੌਕੇ 'ਤੇ ਹੁਣ, ਵੀ ਕੋਈ ਕੈਂਟਰ ਸੀਗਾ ਇਹਦੇ ਮੂਹਰੇ, ਕੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ 'ਤੇ ਰੁਕਣ ਵਾਸਤੇ ਕਿਵੇਂ ਆ, ਇਹਨੇ ਕੱਟ ਮਾਰਤਾ ਅਤੇ ਬੱਸ ਇਹਦੇ ਰੋਂਗ ਸਾਈਡ 'ਤੇ ਚਲੀ ਗਈ। ਅਤੇ ਕਾਫੀ ਨੇ, ਮੇਰਾ ਖਿਆਲ 12-14 ਬੰਦੇ ਨੇ ਜ਼ਖਮੀ ਨੇ, ਅਤੇ ਡੈੱਡ ਨਹੀਂ ਕੋਈ ਹੋਇਆ, ਅਤੇ ਬਾਕੀ ਅਜੇ ਦੇਖ ਰਹੇ ਹਾਂ, ਕੁਛ ਕੱਢ ਲਿਆ ਬੰਦੇ ਵਿੱਚ, ਇੱਕ ਹੋਰ ਸਰਚ ਕਰ ਰਹੇ ਹਾਂ ਵਿੱਚ ਕੋਈ ਰਹਿ ਨਾ ਜਾਵੇ, ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆ ਸਿਵਲ ਹਸਪਤਾਲ ਭਵਾਨੀਗੜ੍ਹ ਇਲਾਜ ਵਾਸਤੇ, ਐਂਬੂਲੈਂਸ ਰਾਹੀਂ ਪਹੁੰਚਾਤੇ। ਰਜਿੰਦਰਾ ਹਸਪਤਾਲ ਵੀ ਭੇਜੇ ਆ? ਉਹ ਉੱਥੋਂ ਰੈਫਰ ਹੋਣਗੇ ਜੀ, ਜਿਹੜੇ ਰੈਫਰ ਹੋਈ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾ ਰਹੇ, 15 ਜਾਣੇ ਤਾਂ, 14 ਜਾਣੇ, 12-14 ਜਾਣੇ ਨੇ ਤਕਰੀਬਨ ਟੋਟਲ ਇੰਨੇ ਨੇ ਤਕਰੀਬਨ। ਨਹੀਂ ਟੋਟਲ ਇੰਨੇ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਵਿੱਚ? ਉਹ ਨਹੀਂ ਜੀ, ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ। ਹਾਂਜੀ। ਅਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ, ਸਾਰੇ ਗਲਤੀ ਤਾਂ ਅਚਾਨਕ ਹੀ ਹੋਇਆ ਜੀ, ਮੂਹਰੇ ਕੈਂਟਰ ਸੀਗਾ ਇੱਕ, ਦੱਸ ਰਹੇ ਨੇ ਢਾਬੇ ਵਾਲੇ, ਇੱਥੇ ਲਾਗੇ ਬੰਦੇ ਖੜ੍ਹੇ ਸੀਗੇ, ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਅਤੇ ਬੱਸ ਪਿੱਛੇ ਤੇਜ਼ ਸੀਗੀ, ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਹਦੋ ਬੱਸ ਓਵਰ ਕੰਟਰੋਲ ਹੋ ਗਈ ਹੈ, ਇਸ ਕਰਕੇ ਪਲਟ ਗਈ ਹੈ ਇੱਧਰ, ਪਲਟੀ ਨਹੀਂ ਟੇਢੀ ਹੋਈ ਹੈ, ਵੈਸੇ ਬਚਾ ਹੀ ਰਹਿ ਗਿਆ। ਅਤੇ ਸਮਾਨ ਸਮੂਨ ਅਸੀਂ ਸਾਂਭ ਲਿਆ ਇਹਨਾਂ ਦਾ ਜਿੰਨਾ ਕੁ ਮਿਲਿਆ ਸਾਨੂੰ, ਠੀਕ ਹੈ ਜੀ, ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਹਾਂ ਟੋਟਲ ਕਿੰਨੇ ਨੇ। ਡਨ ਡਨ ਡਨ, ਠੀਕ ਹੈ ਜੀ, ਥੈਂਕ ਯੂ।